ਪੁੱਤ ਮੈਂ ਤੈਨੂੰ ਇੱਕ ਨਾ ਗੱਲ ਸਮਝਾਉਣ ਆਈ ਸੀ। ਹਾਂਜੀ ਮੰਮੀ ਜੀ। ਪੁੱਤ ਜਿੰਨਾ ਚਿਰ ਆਪਾਂ ਸੁੱਖ ਸੀਰਨੇ ਆਏ ਨਾ ਦਿੱਤੇ ਹੁੰਦੇ, ਹਾਂਜੀ, ਤੇ ਆਪਾਂ ਮਿੱਟੀ ਨਹੀਂ ਕੱਢਦੇ ਹੁੰਦੇ, ਹਾਂਜੀ, ਉਹਨਾਂ ਚਿਰ ਪੁੱਤ ਬਲਿੰਦਰ ਨੇ ਤੇਰੇ ਨਾ ਮੰਜੇ ਤੇ ਨਹੀਂ ਬੈਠਣਾ। ਠੀਕ ਹੈ ਜੀ। ਹਾਂ ਤੇ ਤੁਸੀਂ ਫਿਰ ਨਾ ਮੈਂ ਆਉਣ ਵਰਗੀਆਂ ਨੂੰ ਕਹਿੰਦੀ ਆ ਤੈਨੂੰ ਚਾਹ ਪਾਣੀ ਪਿਆ ਦੇਣਗੀਆਂ। ਹਾਂਜੀ। ਤੇ ਪੁੱਤ ਇਹ ਗੱਲ ਤੂੰ ਸਿਆਣੀ ਬਣ ਕੇ ਤੇ ਧਿਆਨ ਚ ਰੱਖਣੀ ਐ। ਹਾਂਜੀ। हां भी पुत फिर मैं उन्हें तक की कहूंगी। ठीक है। ते तू ध्यान से रखी है गल। हां जी। ये तेरे सारे है सारा कुछ। पुत अपनी मिट्टी मुट्टी कड्डी लगदी नहीं हुंदी है ये। ठीक। फिर ये ध्यान से रखनी है गल। हां जी मम्मी जी। ठीक है। हो गई तैयार? हां जी। आज आई सूट पाले। तू जा पाले गुलाबी सूट। छोड़ो बरात, मैं थोनू ऐ दस रही हां कि मम्मी जी आए सीगे, वो कह के गए ने कि भी तुसी हजे तक दो तीन दिन इत्थे मेरे बैड ते नहीं आना, जो तक आप मत्था नहीं टेक लेंगे। ਉਹ ਬੁੜੀਆਂ ਤਾਂ ਹੀ ਵਹਿਮ ਕਰਦੇ ਰਹਿੰਦੇ ਨੇ, ਨਾਲੇ ਮੇਰੀ ਮੰਮੀ ਤਾਂ ਬੜਾ ਵਹਿਮ ਕਰਦੀ ਆ, ਉਹਦੀਆਂ ਗੱਲਾਂ 'ਚ ਨਾ ਆਇਆ ਕਰਦਾ। ਆਪਾਂ ਕੀ ਕਹਿ ਸਕਦੇ ਆ, ਮੇਰੀ ਗੱਲ ਸੁਣੋ, ਘਰ 'ਚ ਵੱਡੇ ਨੇਗੇ, ਉਹ ਵੱਡਿਆਂ ਦੀ ਗੱਲ ਮੰਨਣੀ ਜ਼ਰੂਰੀ ਹੈ ਨਾ, ਨਾਲੇ ਜਦ ਤੱਕ ਤੁਹਾਡੇ ਰੀਤੀ ਰਿਵਾਜ਼ ਪੂਰੇ ਨਹੀਂ ਹੁੰਦੇ ਉਦ ਤੱਕ ਆਪਾਂ ਇਕੱਠੇ ਨਹੀਂ ਬੈਠ ਸਕਦੇ। ਓਹੋ, ਤੂੰ ਤਾਂ ਪੜ੍ਹੀ ਲਿਖੀ ਆ, ਮਾਂ ਤਾਂ ਅਨਪੜ੍ਹ ਹੈ, ਤੂੰ ਵੀ ਮਾਂ ਦੀਆਂ ਗੱਲਾਂ 'ਚ ਆਈ, ਕਮਾਲ ਕਰੀ ਜਾਂਦੀ ਆ। ਬੇਸ਼ੱਕ ਪੜ੍ਹੀ ਲਿਖੀ ਆ, ਲੇਕਿਨ ਉਹਨਾਂ ਦੀ ਗੱਲ ਤਾਂ ਮੰਨਣੀ ਜ਼ਰੂਰੀ ਹੈ ਨਾ। ਉਹ ਗੱਲ ਤਾਂ ਮੰਨ, ਮੈਂ ਕਹਿੰਦਾ ਗੱਲ ਨਾ ਮੰਨ, ਮਾੜਾ ਮੋਟਾ ਤੂੰ ਵੀ ਸਮਝਾ ਸਕਦੀ ਮੰਮੀ, ਇਹ ਚੀਜ਼ਾਂ ਨਹੀਂ ਹੁੰਦੀਆਂ। ਹੁਣ ਜਿਹੜੇ ਆਪਣੇ ਪਰਿਵਾਰ ਦੇ ਸ਼ਗਨ ਵਿਹਾਰ ਨੇ ਉਹ ਤਾਂ ਪੂਰੇ ਕਰਨੇ ਹੀ ਨੇ, ਔਰ ਫਿਰ ਤੁਸੀਂ ਕਾਹਤੋਂ ਜਿੱਦ ਕੀਤੀ ਹੋਈ ਹੈ, ਸਾਰੀ ਉਮਰ ਮੈਂ ਤੁਹਾਡੇ ਕੋਲ ਹੀ ਆ। ਤੂੰ ਇੱਕ ਦਿਨ 'ਚ ਆ ਕੇ ਉਹਨਾਂ ਦੀ ਭਾਸ਼ਾ ਬੋਲਣ ਲੱਗੀ, ਉਹੀ ਦੀ ਬੱਕੇ ਬਿਠਣ ਦਿੰਦੇ, ਇਸ ਤੋਂ ਬਾਅਦ ਤੂੰ ਫੇਰੀ ਪਾਉਣ ਵਾਲ ਜੇਗੀ ਪਹਿਲੀ। ਆਪਾਂ ਉਹਨਾਂ ਦੀ ਗੱਲ ਮੰਨਣੀ ਹੈ ਜੀ, ਚਲੋ ਹੁਣ ਤੁਸੀਂ ਜਾਓ ਇੱਥੋਂ ਦੀ। ਉਹ ਕੋਈ ਉਹਨਾਂ ਦੀ ਗੱਲ ਚਲਾਇਆ ਕਰ, ਟੈਨਸ਼ਨ ਨਾ ਲਿਆ ਕਰੋ, ਮੈਂ ਹੈਗਾ ਇੱਥੇ। ਆਹੋ ਹੈਗਾ ਤੂੰ, ਖੜਾ ਹੋ ਜੇ ਹੈਗਾ, ਕਿਹੜੇ ਕੰਜੇ ਨੇ ਗਿਆ ਸੀ ਇੱਥੇ ਬੈਠਣ ਨੂੰ, ਤੈਨੂੰ ਨਹੀਂ ਪਤਾ ਹੈਗਾ ਕਿ ਜਿੰਨਾ ਚਿਰ ਆਪਣੇ ਭਾਈ ਮੱਥਾ ਟੇਕਿਆ ਜਾਂਦਾ ਨਾ ਚਿਰ ਬੈਠ ਨਹੀਂ ਸਕਦੇ ਆਪਾਂ ਮੰਜੇ ਤੇ। ਵੀ ਖੜਾ ਹੋ ਜਾ, ਹੁਣ ਉਹ ਕਹੀ ਜੇ ਸਮਝ ਲਈ, ਬੰਦਾ ਉਹਦੀ ਬਹੂ ਕੋਲੇ ਵੀ ਨਹੀਂ ਬਹਿ ਸਕਦਾ ਯਾਰ। ਵੇ ਭਾਈ, ਅਸੀਂ ਵੀ ਬਹੂ ਹੀ ਆਣੇ ਸੀ ਇਸ ਘਰੇ, 5 ਦਿਨ ਨਹੀਂ ਬੈਠਣ ਦਿੱਤਾ ਸੀ ਮਾਂ ਨੇ ਸਾਡੇ ਕੋਲੇ ਤੇਰੇ ਭਰਾਵਾਂ ਨੂੰ, ਤੇ ਤਾਂ ਫਿਰ ਵੀ ਕਹਤਾ ਪਰਸੋਂ ਮੱਥਾ ਟੇਕ ਕੇ ਬਸ ਆਦਾ ਬਹਿ ਜੀ। ਖੜਾ ਹੋ ਜਾ ਜੀ, ਜਾਂ ਤੇਰੇ ਭਾਈ ਕਰਕੇ ਬੁਲਾਈ ਜਾਂਦੇ, ਵਗ ਜਾ। ਆ ਸਰਬਤ ਪੀ ਲੈ ਮਿੱਠਾ। ਲੋੜ ਨਹੀਂ ਹੁੰਦਾ, ਮੈਂ ਜਦੋਂ ਘਰ ਪਿਆਰ ਹੋ ਗਿਆ ਨਾ ਮੈਂ ਤਾਂ ਉਦੀ ਪੀਉਂ। ਆ ਜਾ ਜਾ, ਬਸ ਰੱਖ ਲੈ ਫਿਰ। ਕੁੜਾ ਕੀ ਕਰਿਆ, ਕਿੰਨਾ ਢੀਠਾ ਨਹੀਂ, ਇੰਨਾ ਕੁਛ ਸਮਝਾਏ ਤੂੰ ਫੇਰ ਰੱਖ ਲੈ ਗਿਆ ਲੈ। ਉਹ ਬਸ ਤੈਨੂੰ ਪਤਾ ਹੀ ਹੈਗਾ, ਵਾਲੇ ਅੱਜ ਵੀ ਹੋਰ ਆਏ ਨੂੰ ਆਇਆ ਵੀ ਮੈਂ ਐਡੀ ਸੋਹਣੀ ਬਹੂ ਨੂੰ ਕੱਲੀ ਨੂੰ ਕਿਉਂ ਛੱਡਾਂ ਸੁਣੀ। ਹੋ ਗਈ ਭੈਣ ਤਿਆਰ? ਹਾਂਜੀ, ਆਸਾਮ ਲੈ ਲਈ ਸਮਾਨ ਆਉਂਦਾ। ਹਾਂਜੀ ਹੈ ਦੀਦੀ। ਹਾਂ, ਆਪਣੇ ਬਾਰੇ ਵੀ ਐਂ ਕੀਤਾ ਸੀ ਹੁਣ, ਇਹਨਾਂ ਤਾਂ ਕੋਈ ਅੱਜ ਵੀ ਨਹੀਂ ਕੀਤੀ, ਇਹ ਬੜਾ ਗਾ ਇਹੋ ਜਿਹਾ ਆਪਣਾ। ਹੁਣ ਫਿਰ ਭਾਈ ਅਗਲੇ ਨੂੰ ਬਾਹਲੀ ਸੋਹਣੀ ਬਹੂ ਮਿਲ ਗਈ। ਚੱਲ ਕੋਈ ਨਾ ਭਾਈ, ਤੂੰ ਨਾ ਗੁੱਸਾ ਕਰੀ ਹੈ ਨਾ, ਮੱਥੇ ਆਪਣੀ ਦਰਾਣੀ ਸੋਹਣੀ ਐਨੀ ਆ, ਦੇਖ ਕੇ ਭਾਈ ਅਗਲੇ ਘਰੇ ਹਣੀ ਜਾਂਦਾ, ਕੋਈ ਗੱਲ ਨਹੀਂ, ਮੱਥਾ ਤਾਂ ਭਾਈ ਟਿੰਟ ਕੋਣੇ, ਸਾਨੂੰ ਵੀ ਟਕਾਇਆ ਸੀ ਨਾ ਸਾਰਾ ਕੁਝ ਕਰਕੇ, ਵਾ ਮੁੜ ਕੇ ਇਕੱਠੇ ਰਹਿਣਾ ਸਾਰੇ। ਆਪਣੇ ਪਤਾ ਕੀ ਹੈਗਾ, ਆਪਣੇ ਪਰਿਵਾਰ ਦਾ ਇਹੀ ਰੀਤੀ ਰਿਵਾਜ ਹੈ, ਇੱਕ ਤਾਂ ਆਪਣੇ ਉੱਥੇ ਮਿੱਟੀ ਕੱਢ ਕੇ ਆਉਂਦੇ ਹੁੰਦੇ ਨੇ, ਉਹ ਮਿੱਟੀ ਕੱਢੇ ਬਿਨਾਂ ਹੈ ਤੂੰ ਸ਼ੁਕਰ ਮਣਾ, ਪਰਸੋਂ ਨੂੰ ਤੇਰਸ ਆਪਣੇ ਤੇਰਸ ਤੇ ਮਿੱਟੀ ਕੱਢਦੇ ਨੇਗੇ, ਸਾਡੇ ਵੇਲੇ ਤਾਂ 5-6 ਦਿਨਾਂ ਬਾਅਦ ਆਏ ਸੀ। ਥੋੜਾ ਤਾਂ ਕਰਮ ਚੰਗੇ ਆ। ਹਾਂ ਨਾ ਸਕੈਸ਼ ਪੀ ਲੈ, ਕਹਿੰਦਾ ਹੁਣ ਨਹੀਂ ਮੈਂ ਪੀਂਦਾ ਸਰਬਤ ਸੁਰਬਤ, ਲੈ ਗੁੱਸੇ ਹੋ ਕੇ ਵਗ ਗਿਆ। ਕੋਈ ਬਈ, ਆ ਹਲਵਾਈ ਦਾ ਹਿਸਾਬ ਜਾਂ ਨਿਬੜ ਗਿਆ ਸੀ? ਹਲਵਾਈ ਆ ਤਾਂ ਮੈਂ ਨਵੇੜਤਾ ਸੀ ਸਾਰਾ ਕੁਛ। ਮੇਰੀ ਗੱਲ ਸੁਣ, ਆ ਇੱਕ ਤਾਂ ਰਹਿ ਗਏ ਭਾਈ ਤੰਦੂਰ ਵਾਲੇ ਦੇ ਪੈਸੇ, ਇਹਦੇ ਪੈਸੇ ਪੂਰੇ ਨਾ ਦੀ ਬਈ। ਕਿਉਂ? ਉਹ ਪਿੰਡ ਦੀਆਂ ਸਾਰੀਆਂ ਬੁੜੀਆਂ ਨੇ ਲਾਂਭਾ ਦਿੱਤਾ ਮੈਨੂੰ, ਅਖੇ ਰੋਟੀਆਂ ਸੜੀਆਂ ਲਾਈ ਗਿਆ, ਮੈਂ ਹੁਣ ਦਸ ਤੰਦੂਰ 'ਚ ਵੜ ਜਾਂਦਾ, ਅੱਧੇ ਪੈਸੇ ਦੇ ਕੇ ਆਉਣੇ ਇਹਨੂੰ। ਉਹ ਚੱਲ ਕਾਹਨੂੰ ਗੁੱਸਾ ਕਰਦਾ, ਇਹਨਾਂ ਨੂੰ ਤਾਂ ਭਰਾਵਾ ਜਿੰਨਾ ਮਰਜ਼ੀ ਕਹਿਦੇ ਇਹ ਬੰਦੇ ਨਹੀਂ ਸੁਣਦੇ ਹੁੰਦੇ। ਤੇ ਇੱਕ ਮੇਰੀ ਗੱਲ ਸੁਣ ਲੈ, ਇੱਕ ਆਹ ਕੰਮ ਇਹਨਾਂ ਨੇ ਬੜਾ ਸੋਹਣਾ ਕੀਤਾ ਹੈਗਾ, ਸਤਰੰਗ ਮਲਵਈ ਗਿੱਧੇ ਵਾਲਿਆਂ ਨੇ, ਇਹਨਾਂ ਨੇ ਤਾਂ ਨਜ਼ਾਰਾ ਹੀ ਬੰਨਤਾ। ਹਾਂ ਸਹੀ ਗੱਲ ਹੈ, ਇਹਨਾਂ ਦੀ ਹੋ ਗਈ ਪੇਮੈਂਟ? ਹਾਂ ਇਹਨਾਂ ਨੂੰ ਤਾਂ ਮੈਂ ਦੇ ਦਿੱਤੀ ਸੀ ਨਾਲ ਦੀ ਨਾਲ ਹੀ, ਫਿਰ ਤੈਨੂੰ ਪਤਾ ਮਨ ਖੁਸ਼ ਕਰਤਾ ਉਹਨਾਂ ਨੇ ਤਾਂ। ਸਹੀ ਗੱਲ ਹੈ, ਹੈਂ ਤੇ ਆ ਇਹਦੇ ਕੋਲ ਨਾ ਮੈਂ ਜਾਊਂਗਾ ਤੰਦੂਰੀ ਕੋਲ ਬਈ, ਇਹਨੂੰ ਪੈਸੇ ਤੂੰ ਨਾ ਦੇ ਕੇ। ਚੱਲ ਕੋਈ ਗੱਲ ਨਹੀਂ, ਜਿਵੇਂ ਤੂੰ ਠੀਕ ਹੈ। ਇਹ ਕਿਵੇਂ ਮੂੰਹ ਜਿਹਾ ਲੰਕਾਈ ਜਾਂਦਾ ਕੰਜਰ ਦਾ? ਇਹਨੂੰ ਕੀ ਹੋ ਗਿਆ? ਉਹ ਕੀ ਹੋ ਗਿਆ, ਐਂ ਕਿਉਂ ਬਹਿ ਗਿਆ ਆ ਕੇ? ਬਈ ਉਹ ਸਮਝਾ ਨਾ ਯਾਰ ਮਾਂ ਨੂੰ ਤੇ ਆ ਭਾਬੀ ਨੂੰ, ਅੱਗੇ ਤੁਸੀਂ ਮੈਨੂੰ ਇਹਦੇ ਤੀਵੀਂ ਕੋਲ ਨਹੀਂ ਬਹਿ ਸਕਦਾ, ਕਮਾਲ ਦੀ ਗੱਲ ਹੈ, ਉਹ ਸਾਰੀ ਉਮਰ ਹੀ ਪਈ ਹੈ ਬਹਿਣ ਦੇ ਵਾਸਤੇ। ਉਹ ਬਈ ਅੱਗੇ ਰੀਤੀ ਰਿਵਾਜ ਨੇ, ਮੱਥਾ ਨਹੀਂ ਟੇਕਣਾ, ਉਹਨਾਂ ਚਿਰ ਨਹੀਂ ਬੈਠਣਾ, ਆਏ ਨਹੀਂ ਕਰਨਾ, ਕਿੱਡੀ ਗੱਲ ਆ ਬਈ, ਤੂੰ ਬਹਿ ਗਿਆ ਯਾਰ। ਗੱਲ ਸੁਣ ਲੈ, ਉਹਨਾਂ ਦੀ ਗੱਲ ਸਹੀ ਹੈ, ਸਾਡੇ ਕੰਨੀ ਵੀ ਦੇਖ, ਜਦੋਂ ਸਾਡੇ ਵਿਆਹ ਹੋਏ ਸੀ 15-15 ਦਿਨ ਅਸੀਂ ਨੇੜੇ ਨਹੀਂ ਲੱਗ ਸਕੇ ਸੀ, ਤੂੰ ਤਾਂ ਚੰਗੀ ਹੈ ਕਿਸਮਤ ਤੇਰੀ, ਤੂੰ ਮੂੰਹ ਤਾਂ ਦੇਖ ਆਇਆ ਪਤੰਦਰਾ, ਤੂੰ ਕਿਉਂ ਐਵੇਂ ਗੁੱਸਾ ਕਰੀ ਜਾਂਦਾ, ਇੰਨੀ ਸੋਹਣੀ ਤੇਰੀ ਜਨਾਨੀ ਹੈ, ਤੂੰ ਤਾਂ ਮੱਥੇ ਟੇਕਦਾ ਫਿਰ
ਮੱਥੇ ਟੇਕਣ ਦਾ ਰੌਲਾ ਹੈਗਾ ਟੇਕਾ ਦੋ ਜਿਹੜੇ ਮੱਥੇ ਟਕਾਉਣੇ ਅਸੀਂ ਦੀਜੇ ਦੀ ਹੁਣ ਕਹਿੰਦੇ ਵੀ ਅੱਜ ਬਾਗ ਚੱਲਦੇ ਆ ਅੱਗੇ ਕੱਲ ਨੂੰ ਟੇਕਣਾ ਇੱਕ ਪਾਸ ਨੂੰ ਟੇਕਣਾ ਇਹਨਾਂ ਨੂੰ ਫੇਰਾ ਪਾਉਣ ਵਾਂਗ ਵੀ ਝਾਕੀ ਚੱਲੂ ਮੇਰੀ ਗੱਲ ਸੁਣ ਕਿਤੇ ਨਹੀਂ ਜਾਂਦੀ ਫੇਰਾ ਪਾਉਣ ਤੂੰ ਫਿਕਰ ਨਾ ਕਰ ਬੁੜੀਆਂ ਤੇ ਐਵੇਂ ਗੁੱਸਾ ਨਾ ਕਰ ਸਾਰਾ ਜਿੰਨਾ ਜ਼ਿਕਰ ਸਾਰੀ ਸੁੱਖ ਸੀਰ ਨਹੀਂ ਪੂਰੀ ਨਹੀਂ ਹੁੰਦੀ ਉਨਾ ਜ਼ਿਕਰ ਤੂੰ ਨੇੜੇ ਨਹੀਂ ਜਾ ਸਕਦਾ ਮੇਰੀ ਗੱਲ ਸੁਣ ਲੈ ਨਾਲੇ ਹੁਣ ਕੋਈ ਬੋਤਲ ਫੜ ਕੇ ਲਿਆ ਸਾਨੂੰ ਪਾਰਟੀ ਵੀ ਦੇ ਫਿਰ ਹੁਣ ਪਾਰਟੀ ਦਾ ਬਾਈ ਦੇ ਦਿੰਨਾਗਾ ਹੋਰ ਉਹੀ ਤੂੰ ਤਾਂ ਗੁੱਸਾ ਕਰੀਏ ਨਾ ਆਪਾਂ ਖਾਣੇ ਪੀਣੇ ਕੋਈ ਨਹੀਂ ਫਿਕਰ ਕਿਉਂ ਕਰਦਾ ਤੂੰ ਉਹ ਮੈਨੂੰ ਆਹੀ ਤੁਸੀਂ ਮੇਰਾ ਬੱਕ ਪੂਰੋਗੇ ਸਬਰ ਹੀ ਹੈਂਡੀਏ ਨੂੰ ਮਾੜਾ ਮੋਟਾ ਸਬਰ ਰੱਖ ਲੈ ਦੋ ਦਿਨ ਖੜ ਜਾ ਦੱਸ ਚੰਗਾ ਯਾਰ ਹੁਣ ਮੈਂ ਕਿਹਨੂੰ ਮਾਰੂ ਮਾਸੀ ਆ ਕਦੋਂ ਤਾਪ ਨਾ ਲੜ ਕੇ ਬੋਤਲ ਲੈ ਕੇ ਆ ਹੂੰ ਹੀ ਹਿੱਲਿਆ ਫਿਰਦਾ ਦੱਸ ਸਾਡਾ ਬਥੇਰਾ ਹਜੇ ਅਸੀਂ ਕੰਮ ਕਰਨ ਵਾਲੇ ਪਿਆ ਦੇ ਤੇਰਾ ਵਿਆਹ ਦਾ ਹਿਸਾਬ ਲਾਈ ਜਾਂਦੇ ਆ ਕਿਹਦੇ ਪੈਸੇ ਰਹਿੰਦੇ ਆ ਕਿਹਦੇ ਮੈਨੂੰ ਮਾੜਾ ਪੁੱਛ ਕੇ ਦਿਓ ਪੈਸੇ ਪੂਸੇ ਮੈਂ ਦਿੱਤੇ ਹੋਏ ਵਿੱਚ ਥੋੜੇ ਬੋਤੇ ਉਹ ਚੱਲ ਕੋਈ ਗੱਲ ਨਹੀਂ ਆਏ ਤਾਂ ਨਹੀਂ ਬੰਦਾ ਕਰਦਾ ਹੁੰਦਾ ਜਿਹਨੇ ਲੈ ਲਏ ਪੈਸੇ ਉਹ ਤਾਂ ਨਹੀਂ ਕਹਿੰਦਾ ਵੀ ਮੈਨੂੰ ਦਿੱਤੇ ਨਹੀਂ ਚੱਲ ਪਿਓਂਗੇ ਜਿਹੜੀ ਹੁਣ ਅੰਗਰੇਜ਼ੀ ਪਿਓਂਗੇ ਉਹ ਤੂੰ ਜਿਹੜੀ ਮਰਜ਼ੀ ਫੜ ਲੈ ਜਾ ਬਗ ਜਾ ਲੈ ਆ ਗਿਆ ਹੋਰ ਉਹੀ ਇੱਥੇ ਐਵੇਂ ਬੁੜੀਆਂ ਨਾਲ ਲੜੀ ਜਾਂਦੇ ਇਹ ਬੜਾ ਹੀ ਕਾਲਾ ਹੋਇਆ ਪਿਆ ਦੱਸ ਉਹ ਕਲੰਨਾ ਗੰਜਰ ਦਾ ਸਾਰਿਆਂ ਦੀ ਵਿਆਹ ਹੁੰਦੇ ਨੇ ਦੁਨੀਆ ਦੇ ਨਾਲੇ ਪੁੱਛ ਵੀ ਲਈ ਕਿਹਨੂੰ ਫੜਾ ਕੇ ਆਇਆ ਪੈਸੇ ਇਹ ਕਿਹਨੂੰ ਨਹੀਂ ਬਾਈ ਚੱਲ ਕੋਈ ਗੱਲ ਨਹੀਂ ਪੁੱਛ ਲਾਂਗੇ ਉਹਦਾ ਮੈਂ ਕਹਿੰਦਾ ਸਾਰੇ ਬਾਹਰਲੇ ਅੰਦਰਲੇ ਕੰਮ ਵੀ ਸਾਰੇ ਨਿਬੇੜ ਲਏ ਪਤਾ ਨਹੀਂ ਕੀ ਕਰੀ ਅੰਦਰਾਂ ਨਾਲ ਤਾਂ ਕਿਹੜੇ ਵੇਲੇ ਹੋ ਗਏ ਪਿਆਰ ਹੁੰਦੇ ਕੰਮ ਕੁੜੇ ਆ ਜਾਓ ਵੀਰ ਦੁਪਹਿਰਾ ਆਈ ਜਾਂਦਾ ਹੈ ਆ ਜਾਓ ਆਪਾਂ ਦੇਖ ਕੇ ਜੇ ਮੱਥਾ ਆ ਜਾਓ ਮੇਰੀ ਬਣ ਕੇ ਬਾਲਾ ਦੁਪਹਿਰਾ ਆ ਕੇ ਛੇਤੀ ਜਲਦੀ ਕਰੋ ਆ ਗਏ ਮਾਂ ਆਈ ਜਾਂਦੇ ਸੀ ਅਸੀਂ ਤਾਂ ਇਹ ਤਿਆਰ ਜੇ ਹੋਣ ਲੱਗ ਗਈ ਸੀ ਬ੍ਰਿੰਦਰ ਪਤਾ ਨਹੀਂ ਮੈਂ ਤਾਂ ਕਿੱਧਰ ਗਿਆ ਹਾਂ ਉਹ ਹੀ ਲੱਗ ਗਿਆ ਬ੍ਰਿੰਦਰ ਹੋਰ ਪਤਾ ਨਹੀਂ ਕਿੱਧਰ ਨੂੰ ਵਾ ਗਿਆ ਹੂੰ ਵਾਸ ਆਇਆ ਹੋਇਆ ਪੈ ਛੇਤੀ ਆ ਗਿਆ ਬਾਬੀ ਆ ਗਿਆ ਮੈਂ ਕਿੱਥੇ ਜਾਣਾ ਹੈਗਾ ਇੱਥੇ ਤਾਂ ਬੰਦਾ ਧੱਕੇ ਖਾਂਦਾ ਚੱਲ ਡੇਰੇ ਚੱਲੀਏ ਮੱਥਾ ਟੇਕਣ ਮੈਂ ਨਹੀਂ ਜਾਂਦਾ ਤੁਸੀਂ ਜਾਓ ਜਾਂਦਾ ਕਿ ਨਹੀਂ ਜਾਈਦਾ ਹੁੰਦਾ ਬੇਬੇ ਆਪ ਕਹਿ ਤੁਸੀਂ ਸਾਰਿਆਂ ਨੇ ਵੀ ਕਰ ਬਿਆਰ ਮੇਰੇ ਨਾਲ ਕੋਲੇ ਬਹਿਣਾਗਾ ਤੇ ਕੋਲੇ ਖੜਨਾ ਵੀ ਨਹੀਂ ਤੇ ਹੁਣ ਮੈਂ ਨਾਲ ਵੀ ਨਹੀਂ ਜਾਂਦਾ ਤੁਸੀਂ ਜਾ ਮੱਥਾ ਟੇਕਣ ਦਾ ਤਾਂ ਡਰ ਹੁੰਦਾ ਮੈਂ ਨਹੀਂ ਜਾਂਦਾ ਬਸ ਤੁਸੀਂ ਜਾਣਾ ਜਾਓ ਬਸ ਬੰਦੇ ਦਾ ਪੁੱਤ ਬਣ ਕੇ ਆ ਜਾਵਾਂਗੇ ਸਾਡੇ ਤੇ ਕਿਉਂ ਨੰਨੇ ਪਈ ਨਾ ਆ ਜਾ ਨੰਨਾ ਤਾਂ ਤੁਸੀਂ ਪਾਇਆ ਪਹਿਲਾਂ ਚਲੋ ਆ ਜਾਓ ਆ ਜਾਓ ਆ ਜੀ ਹੁਣ ਅੰਨਿਆ ਹੁਣ ਤਾਂ ਇਹ ਕਹਿੰਦੀ ਆ ਜੀ ਮਗਰ ਇੱਕ ਤਾਂ ਇਹ ਰਿੱਡੇ ਹੋਣੇ ਦੀ ਆਪ ਕਦੇ ਕੋਲੇ ਨਹੀਂ ਪੈਣਾ ਹੁਣ ਕੋਲੇ ਵੀ ਨਹੀਂ ਖੜਨਾ ਹੁਣ ਨਾਲ ਤੁਰ ਪੈ ਮੱਥਾ ਟੇਕਣਾ ਇਹ ਇੰਨਾ ਜੋਗੀ ਰਹਿ ਗਏ ਕਮਾਲ ਹੈ ਜਾਣਾ ਪਊਗਾ ਬੰਨਾ ਦਾ ਆ ਜਾ ਮਾਂ ਸਸਰੀਕਾ ਮਾਸੀ ਪੈਰੀ ਹੱਥ ਲਾ ਦੋ ਮਾਸੀ ਆਪਣੀ ਮਾਸੀ ਠੀਕ ਹੋ ਠੀਕ ਹੈ ਹੋਰ ਭੰਜੀ ਠੀਕ ਹੈ ਠੀਕ ਹੈ ਭੰਜੀ ਆਪਣੇ ਨੂੰ ਲਿਆਂਦੀ ਤੁਸੀਂ ਕੁੜੇ ਪਹਿਲੇ ਚੋਰੀ ਚੋਰੀ ਮੁੰਡਾ ਵਿਆਹ ਲਿਆ ਨਹੀਂ ਮਾਸੀ ਚੋਰੀ ਕਾਨੂੰ ਵਿਆਹ ਲਿਆ ਕੱਲ ਗੱਜ ਵੱਜ ਕੇ ਤਾਂ ਵਿਆਹ ਕੀਤਾ ਤੂੰ ਹੀ ਪਤਾ ਨਹੀਂ ਕਿੱਥੇ ਰਹਿ ਗਈ ਭੈਣੇ ਤੁਸੀਂ ਤਾਂ ਚੰਨ ਦਾ ਟੁਕੜਾ ਲਿਆਂਦੀ ਬਹੁਤ ਸਾਨੂੰ ਦੱਸੇ ਨਹੀਂ ਸੱਚੀ ਗੱਲ ਆ ਮਾਸੀ ਤੇਰੀ ਸਾਡਾ ਵੀ ਭੈਣੇ ਫਿੱਕਾ ਪਾਤਾ ਰੰਗ ਐਡੀ ਸੋਹਣੀ ਲਿਆਈ ਹੈ ਮੇਰੀ ਮਾਂ ਦਾ ਵਿਆਹ ਕੇ ਸਾਡੀ ਦਰਾਣੀ ਨੂੰ ਚੱਲ ਚੰਗਾ ਘਰੇ ਆ ਜੀ ਨਾਲੇ ਸਾਗਨ ਦੀ ਆਈ ਹਾਂ ਚੰਗਾ ਭੈਣੇ ਮੈਂ ਸਾਗਨ ਤਾਂ ਦੇ ਆਉਂਗੀ ਹੁਣ ਚੰਗਾ ਪਾਰਟੀ ਕਰਾਂਗੇ ਉੱਤੇ ਸੱਦਾਂਗੇ ਤੈਨੂੰ ਠੀਕ ਹੈ ਵਾਲੀ ਵਾਲੀ ਸੀ ਚੰਗਾ ਭੈਣੇ ਚੰਗਾ ਉਹਦੇ ਨਾਲੇ ਚਾਹ ਪਿਆਵਾਂਗੇ ਚੰਗਾ ਫਿਰ ਮਾਸੀ ਚੱਲਦੇ ਆ ਅਸੀਂ ਚੰਗਾ ਠੀਕ ਹੈ ਚੰਗਾ ਚਲੋ ਭਾਈ ਆਪਾਂ ਵੀ ਚੱਲੀਏ ਹੋਰ ਵੀ ਵਿਰੇਂਦਰਾ ਰਜਾਈ ਨੂੰ ਮੱਥੇ ਟਿਕਾਉਂਦਾ ਫਿਰਦਾ ਉਹ ਤੈਨੂੰ ਪਤਾ ਹੀ ਹੈ ਯਾਰ ਵਿਆਹ ਤੋਂ ਬਾਅਦ ਕਾਰ ਵਿਹਾਰ ਜੇ ਕਰਨੇ ਹੁੰਦੇ ਨਾ ਸਾਰੇ ਹੋਰ ਠੀਕ ਹੈ ਅਸੀਂ ਕਿਹੜਾ ਲੱਡੂ ਮਕਾਉਂਦੇ ਸੀ ਭਰਾਵਾ ਸੱਦਿਆ ਨਹੀਂ ਵਿਆਹ ਤੇ ਓਏ ਉਹ ਗੱਲ ਨਹੀਂ ਯਾਰ ਸਾਰਾ ਕੁਝ ਨਾ ਜਲਦੀ ਜਲਦੀ 'ਚ ਹੋ ਗਿਆ ਮੇਨ ਮੇਨ ਰਿਸ਼ਤੇਦਾਰ ਬੁਲਾਏ ਸੀਗੇ ਬਾਕੀ ਹਜੇ ਪਾਰਟੀ ਰੱਖੀ ਹੈ ਮੈਂ ਤੈਨੂੰ ਫੋਨ ਕਰੂੰਗਾ ਆ ਜੀ ਤੂੰ ਵੀ ਚੱਲ ਮਿਲਾਂਗੇ ਬਾਈ ਜਦੋਂ ਪਾਰਟੀ 'ਤੇ ਸੱਦਿਆ ਤਾਂ ਬੁਲਾਉਂਗਾ ਤੈਨੂੰ ਕਿਉਂ ਨਹੀਂ ਬੁਲਾਉਂਗਾ ਤੂੰ ਤਾਂ ਮੇਰਾ ਜਿਗਰੀ ਯਾਰ ਹੈ ਚੰਗਾ ਚੰਗਾ ਲੈ ਬਾਈ ਘਰ ਦੀ ਗੱਡੀ ਦਾਰੂ ਹੈ ਠੀਕ ਹੈ ਨਾ ਸੰਤਰੇ ਸੁੰਦਰੇ ਪਾ ਕੇ ਬਣਾਈ ਸੀ ਅਗਲੇ ਨੇ ਤੇ ਆ ਬੀਅਰ ਮੈਂ ਲੈ ਕੇ ਆ ਆਪਦੇ ਵਾਸਤੇ ਤੇ ਤੂੰ ਭਰਾਵਾ ਦੇਖ ਕੇ ਪੀ ਮੜੀ ਜੀ ਚੰਗਾ ਫਿਰ ਡਿਕਡੋਲੇ ਜੇ ਖਾਣਾ ਫਿਰਦਾ ਹੁੰਦਾ ਕਹਿੰਦੇ ਭਰਜਾਈ ਤੂੰ ਮੈਨੂੰ ਗਾਲ ਦਵਾ ਦੇ ਉਹ ਕੋਈ ਨਾ ਹੁਣ ਭਰਾ ਵਿਆ ਅੱਜ ਤਾਂ ਪੀਵਾਂਗੇ ਨਾਲੇ ਆ ਤੂੰ ਚੌਲਾਂ ਦਾ ਪਾਣੀ ਆ ਤੂੰ ਹੀ ਕਿਹੜੀ ਅਸੀਂ ਤਾਂ ਕਰਦੀ ਕਿਹੜੀ ਪੀਵਾਂਗੇ ਗਾਲਾਂ ਪੈਣਗੀਆਂ ਜੇ ਮੈਂ ਅੱਜ ਨਾਲ ਆ ਓਏ ਕਾਹਨੂੰ ਫਿਕਰ ਕਰਦਾ ਹੈ ਅਸੀਂ ਕਿਹੜਾ ਕਦੇ ਦਾਰੂ ਨਹੀਂ ਦੇਖੀ ਦੇਖ ਰਿਹਾ ਤੇਰੀ ਸੰਤਰੇ ਵਾਲੀ ਕਿੰਨੀ ਕੁ ਤੇਜ਼ ਹੈ ਚੈੱਕ ਕਰ ਦੇ ਆਲਾ ਬਾਈ ਕੋਈ ਨਹੀਂ ਤੂੰ ਪਾਉਂਦਾ ਨਹੀਂ ਇਹ ਨਾ ਮੈਂ ਨਹੀਂ ਪੀਂਦਾ ਉਹ ਪਾ ਲੈ ਥੋੜੀ ਜੀ ਲਾ ਉਹ ਥੋੜੀ ਤਾਂ ਪਾ ਦੇ ਓ ਯਾਰ ਬਾਈ ਨੂੰ ਆਏ ਸੀ ਉਹ ਨਾ ਬੋਲੇ ਓਏ ਲੈ ਦੇਖ ਲੈ ਭੈਣ ਹਜੇ ਬੜਾ ਹੋਇਆ ਨਹੀਂ ਕਰਿਆ ਨਹੀਂ ਪਹਿਲੇ ਹੀ ਮੋਕ ਮਰੀ ਜਾਂਦਾ ਪਾ ਲਾ ਕੋਈ ਨਹੀਂ ਭੋਰਾ ਓਏ ਆ ਤਾਂ ਠੰਡੀ ਹੁੰਦੀ ਹੈ ਨਾਲੇ ਇਹ ਵਿੱਚ ਪਾ ਲਾ ਨੂੰ ਥੋੜੀ ਜੀ ਪਾ ਲਾ ਹੁਣ ਹੋਰ ਉਹ ਤੇਰੀ ਮਰਜ਼ੀ ਆ ਲਿਆ ਯਾਰ ਪਾਣੀ ਮੇਰੀ ਗੱਲ ਸੁਣ ਲੈ ਇੱਕ ਦੇਖ ਤੇਰਾ ਵਿਆਹ ਹੋ ਗਿਆ ਵਧੀਆ ਹੁਣ ਦੇਖ ਪਤਾ ਕੀ ਹੈ ਗੱਲ ਐਵੇਂ ਨਾ ਬਿਨਾ ਮਤਲਬ ਤੋਂ ਕਦੇ ਹੋਰ ਹੀ ਮਾਰੀ ਜਾਵੇਂ ਸਾਰੀਆਂ ਗੱਲਾਂ ਦਾ ਪਹਿਲਾਂ ਹੀ ਭੇਤ ਦੇ ਰਹੇ ਹੋ ਕੀ ਭੇਤ ਦੇ ਦੂੰ ਬਾਈ ਕੋਲੇ ਤਾਂ ਬੈਠਣ ਨਹੀਂ ਦਿੰਦੇ ਯਾਰ ਓਏ ਕੋਈ ਨਹੀਂ ਬੈਠੇਗਾ ਕਦੋਂ ਤਾਂ ਲੈ ਚੱਲ ਗੱਲ ਤੇਰੀ ਪੱਕੀ ਆ ਓਏ
दारू तक भी सिरा लग दिया मुझे की तो ले आया है वो तो जगदेव क्या हो अच्छा वो करता दारू भाई पहले तोड़ दी हां नजारा आ जांदा पर गुस्सा मैं घट पीना तेनु पता हैगा चल बाड़ी पी भी ना मेनू तेरा डर लगदा भरावा और नहीं डगदा मैं किधर नहीं डगदा हैगा पार्टी तो भाई मैं अपने यारां दोस्तां नु भी देनी आ जे पर मेनू हुंदा पहला भाइयां नु पार्टी दईए क्योंकि भाई हमेशा नाल खड़दे ने ਉਹ ਗੱਲ ਤੇਰੀ ਸਹੀ ਹੈ ਕੋਈ ਗੱਲ ਨਹੀਂ ਅਸੀਂ ਕਿਹੜਾ ਉਹਨਾਂ ਨਾਲ ਨਹੀਂ ਬੈਠ ਸਕਦੇ ਜੇ ਉਹਨਾਂ ਨੂੰ ਪਾਰਟੀ ਦੇਗਾ ਫੇਰ ਬਹਿ ਜਾਾਂਗੇ ਅਸੀਂ ਉਦੋਂ ਫੇਰ ਬਹਿ ਜਾਾਂਗੇ ਕੋਈ ਗੱਲ ਨਹੀਂ ਯਾਰ ਨਾਲੇ ਮੇਰੀ ਗੱਲ ਸੁਣਾ ਹੁਣ ਆਹ ਧਰ ਲਾ ਪਤੀਲੀ ਉੱਤੇ ਠੰਡਾ ਹੋ ਜੂ ਫੇਰ ਕੀ ਕਰਨਾ ਆਹ ਚੱਕ 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 ਬਈ ਯਾਰ ਆਹ ਫੜ ਪਹਿਲਾਂ ਦਾ ਪਲੇਟ ਫੜ ਲੈ ਪਲੇਟਾਂ ਆਹ ਬੋਤਲ ਜੀ ਤੈਨੂੰ ਕਰ ਲਾ ਕਿਤੇ ਡੁੱਲ ਨਾ ਜਾਵੇ ਆਹ ਤੈਨੂੰ ਕਰ ਡਾਟਾ ਲਾ ਦੇ ਇਹਦੇ ਆਹ ਲਾ ਡਾਟਾ ਲਾ ਦੇ ਓ ਯਾਰ ਮੇਰੀ ਗੱਲ ਸੁਣ ਚੱਲ ਵਧੀਆ ਹੋ ਗਿਆ ਮੱਥਾ ਟੇਕ ਕੇ ਨਾਲ ਤਾਂ ਆਹੀ ਫਰਜ਼ ਸੀ ਆਪ ਦਾ ਲੈ ਗਿਆ ਚੱਲ ਤੇ ਮੇਰੀ ਗੱਲ ਸੁਣ ਸਬਜ਼ੀ ਬਣਾ ਦਈਏ ਫਟਾਫਟ ਤੇ ਆਪਾਂ ਇਹ ਦੁਆਰ ਗੋਹਾ ਕੂੜਾ ਸੱਟਣਾ ਕੱਲ ਨੂੰ ਤਾਂ ਚੱਲ ਉਹਨੂੰ ਰੋਟੀ ਤੇ ਲਾਵਾਂਗੀਆਂ ਫਿਰ ਆਪਾਂ ਸਹੀ ਗੱਲ ਕੱਲ ਨੂੰ ਚੜ ਜੂਗੀ ਚੌਂਕੇ ਉਹ ਵੀ ਆਉਂਦਾ ਮੈਂ ਤੇ ਇਹਨੂੰ ਛੇੜਨਾ ਬਿੰਦ ਛੱਟ ਕੋਈ ਨਹੀਂ ਤਾਂ ਛੇੜਨ ਨੂੰ ਕੀ ਕਰਨਾ ਹੈ ਤੇ ਅੱਜ ਕੱਲ ਤੂੰ ਮੂੰਹ ਲੰਕਾਇਆ ਵੇ ਓਏ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਵਿਆਹ ਵੀ ਬਿਹਾਜਾ ਲੱਗਣ ਲੱਗ ਗਿਆ ਤੁਹਾਡੇ ਘਰ ਵਿਆਹ ਨਹੀਂ ਪੂਰੇ ਹੁੰਦੇ ਵੇ ਭਾਈ ਹੋ ਗਏ ਅੱਜ ਘਰ ਵਿਆਹ ਪੂਰੇ ਕਿਧਰੇ ਨਹੀਂ ਵਿਆਹ ਬਿਹਾ ਹੁੰਦਾ ਆ ਜਾ ਹੀ ਰਹੂਗਾ ਆਹੋ ਅੱਛਾ ਬਾਬੀ ਆਹੋ ਮੈਨੂੰ ਬੀਬੀ ਤੋਂ ਪੁੱਛਣਾ ਕੋਈ ਰਹਿ ਗਿਆ ਹੋਵੇ ਫਿਰ ਤਾਂ ਵੇ ਭਾਈ ਨਹੀਂ ਰਿਹਾ ਜਦੋਂ ਅਸੀਂ ਕਹਿਤਾ ਤੈਨੂੰ ਤੇ ਹੁਣ ਤਾਂ ਕੋਸ਼ ਹੋ ਜਾ ਹੁਣ ਵੀ ਆਏ ਜੀ ਫਿਰਦਾ ਸੱਚੀ ਹੀ ਪੂਰੇ ਹੋ ਗਏ ਹੁਣ ਕਰ ਲਈ ਸ਼ਗਨ ਬਿਹਾਰ ਜਿਹੜੇ ਤੇਰੇ ਹੋਏ ਤੂੰ ਪਾ ਦੇ ਉਹਨੂੰ ਸੋਨੇ ਦੀ ਸ਼ਾਮ ਬਾਵਾ ਸਾਰੇ ਪੈਸੇ ਦੇ ਦੇ ਸ਼ਗਨ ਓਏ ਸੋਨੇ ਦੀ ਸ਼ਾਮ ਤਾਂ ਮੈਂ ਕਿੱਥੋਂ ਸੋਣੀ ਹੁਣ ਮੈਂ ਮਾਰ ਲੈ ਗੱਲਾਂ ਉਹਦੇ ਨਾਲ ਜਾ ਕੇ ਵੇ ਭਾਈ ਮਾਰ ਲੈ ਵਗ ਜਾ ਸਾਡਾ ਖੈੜਾ ਛੱਡ ਦੇ ਜਾ ਵਗ ਜਾ ਵਰਿੰਦਰ ਹੁਣ ਆਏ ਪੁੱਛ ਲੈ ਵੀ ਅੱਜ ਤੈਨੂੰ ਕੀ ਗਿਫਟ ਲਿਆ ਕੇ ਦੇਵਾਂ ਨਾਲੇ ਕੁਝ ਮਿੱਠਾ ਲਿਆਨੇ ਆ ਮੈਂ ਇਹਦੇ ਦੁਸ਼ਾਮ ਪਤਾਬ ਦੇ ਵਾਲੀ ਸੱਚੀ ਸਾਡੇ ਵਾਲੀ ਪਈ ਆ ਕਿਉਂ ਦੇਂਗੀ ਆਪਦੇ ਵਾਲੀ ਅਗਲਾ ਆਪਦੇ ਦਮ ਤੇ ਲਿਆ ਕੇ ਤੂੰ ਕੋਈ ਚੱਲ ਆਵੇ ਜਾਂ ਵਗ ਜਾ ਬਾਜ਼ਾਰ ਜਾਇਆ ਪੁੱਛ ਕੇ ਉਹਨੂੰ ਚੱਲ ਠੀਕ ਹੈ ਕੀ ਲੈ ਕੇ ਆਉਂਦਾ ਮੈਨੂੰ ਤਾਂ ਪਤਾ ਵੀ ਨਹੀਂ ਦੱਸਦਾ ਤੇ ਸਾਰਾ ਪਤਾ ਲੱਚ ਫੜੇ ਨਾ ਕਰ ਜਾ ਵਗ ਜਾ ਵੀਰ ਹੋ ਗਏ ਮੱਥੇ ਟੇਕਦੇ ਤੁਰੇ ਫਿਰ ਤੈਨੂੰ ਹਜੇ ਪਤਾ ਹੀ ਨਹੀਂ ਇਹਨੂੰ ਐ ਗੱਲਾਂ ਕਰਦਾ ਜਿਵੇਂ ਕੱਲ ਦਾ ਕਾਕਾ ਹੁੰਦਾ ਪਤਾ ਨਹੀਂ ਇਹਨੂੰ ਰਾਜੇ ਨੂੰ ਹੁਣ ਕਰ ਲੂਗਾ ਢਿੱਡ ਹੌਲਾ ਉਹਦੇ ਕੋਲ ਬਹਿ ਕੇ ਚੁਗਲੀਆਂ ਕਰੂਗਾ ਆਪਣੇ ਹੋਰ ਇਹਨੇ ਕੀ ਕਰਨਾ ਨਹੀਂ ਚੱਲ ਚੁਗਲੀਆਂ ਤਾਂ ਐ ਤਾਂ ਕਾਹਨੂੰ ਕਰਦਾ ਨਿਆਣਾ ਵਿਚਾਰਾ ਲੈ ਆਪਾਂ ਤਾਂ ਆਪਦੇ ਕੰਮ ਕਰ ਲਈਏ ਭੈਣੇ ਕੱਲ ਨੂੰ ਇੱਕ ਗੱਲ ਤਾਂ ਸੌਖੀ ਹੋ ਜੂਗੀ ਕੱਲ ਨੂੰ ਚੱਲ ਹੋਰ ਬੜੇ ਰੋਟੀਆਂ ਪਕਾਉਣ ਜੋਗੀ ਹੋ ਜੂਗੀ ਤੇ ਆਪਾਂ ਬਸ ਗੋਹਾ ਕੂੜਾ ਕਰ ਲਿਆ ਕਰਾਂਗੇ ਕੋ ਸੁੱਖ ਦਾ ਸਾਹ ਮਿਲੂਗਾ ਸਹੀ ਲੈ ਸਹੀ ਗੱਲ ਆ ਉਹ ਸ਼ੁਕਰ ਆ ਰੱਬ ਦਾ ਕੇ ਕਾਹ ਰਿਆ ਰਵੇ ਆ ਦੇਖ ਮੈਂ ਤੇਰੇ ਲਈ ਜਲੇਬੀਆਂ ਤੇ ਦੁੱਧ ਲੈ ਕੇ ਆਇਆ ਆ ਜਲੇਬੀਆਂ ਤਾਂ ਤੇਰੇ ਮੂੰਹ ਚੋਂ ਨਾ ਮਿੱਠੀਆਂ ਮਿੱਠੀਆਂ ਨੇ ਕੋਈ ਕੌਣ ਹੈ ਹਾਂ ਮੈਂ ਪੁੱਛਣ ਆਇਆ ਸੀ ਹਾਂ ਵੀ ਉਹ ਸੁੱਖ ਸੀਰਨੀਆਂ ਸਾਰੀਆਂ ਹੋ ਗਈਆਂ ਸੀ ਹਾਂ ਹੋ ਗਈਆਂ ਸਾਰੀਆਂ ਆ ਚਾਰਜਰ ਮੇਰੇ ਵਾਲਾ ਪਿਆ ਇੱਥੇ ਹਾਂ ਮੈਂ ਕਰ ਤਾਂ ਮੇਰਾ ਲਾ ਸੂ ਚਾਰਜਰ ਪੈ ਗਿਆ ਦਾ ਵਜਾ ਅੱਛਾ ਤੇ ਦਾਰੂ ਵਾਲੀ ਕੈਂਟ ਸੀ ਭਾਈ ਦਾਰੂ ਤਾਂ ਵਧੀਆ ਸੀ ਚੱਲ ਪੈਓ ਫਿਰ ਹੈ ਹਾਂ ਚੱਲ ਜਾ ਜਾ ਮੂਈ ਨੂੰ ਵੀ ਨੂੰ ਚਾਰਜਰ ਨੂੰ ਅੱਧੀ ਰਾਤ ਨੂੰ ਚਾਰਜਰ ਜਾ ਲਾਉਂਦੇ ਦਾਰੂ ਕੈਂਟ ਦੀ ਉਦੋਂ ਵੀ ਕਿਸੇ ਤੋਂ ਬੋਲਿਆ ਨਹੀਂਗਾ ਓਏ ਹੁਣ ਨਾ ਕੋਈ ਆ ਜੇ ਓਏ ਕੌਣ ਹੈ ਓਏ ਕੀ ਆ ਭਾਈ ਮੇਰਾ ਕਮਰਾ ਨਹੀਂ ਇਹ ਓ ਤੇਰਾ ਕਮਰਾ ਨਹੀਂ ਹੈਗਾ ਮੇਰਾ ਕਮਰਾ ਹੈ ਚਲ ਚੰਗਾ ਸਤਿ ਸ਼੍ਰੀ ਅਕਾਲ ਭਰਜਾਈ ਭਰਜਾਈ ਨੂੰ ਸਤਿ ਸ਼੍ਰੀ ਅਕਾਲ ਬਲੋਂ ਨੂੰ ਰਾਤ ਨੂੰ 11 ਦਾ ਟਾਈਮ ਹੀ ਲੱਭਦਾ ਇਹਨਾਂ ਨੂੰ ਤੜਕੇ ਭਰਜਾਈ ਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਜਾਂਦੀ ਓਏ ਹੁਣ ਕੌਣ ਆ ਗਿਆ ਮੇਰੀ ਹੇ ਭਾਈ ਹਾਂ ਜੀ ਵਰਿੰਦਰ ਦੁੱਧੀ ਪੁੱਲੇ ਆਏ ਸੀ ਤੂੰ ਤਾਂ ਉਹ ਮੈਨੂੰ ਦੁੱਧ ਦੀ ਲੋੜ ਨਹੀਂ ਮੈਂ ਤੇਰੇ ਕੋਲ ਕੋਈ ਬਹਿ ਜਾ ਵੀ ਰੱਜ ਕੇ ਨਹੀਂ ਕੋਈ ਬਾਤ ਹੁੰਦੀ ਸੀ ਬਹਿ ਜਾ ਪਰਲੇ ਬੱਸ ਜਾ ਐ ਬਹਿ ਜਾ ਇੱਥੇ ਬਹਿ ਜਾ ਹਾਂ ਇਹ ਕਦੋਂ ਮੱਚਦਾ ਵੇ ਮੈਂ ਤੂੰ ਆ ਗਈ ਬਿੰਦ ਝੱਟ ਮਾ ਚੱਲ ਹਜੇ ਕਿਹੜਾ ਉਹ ਪੈਂਦਾ ਇੱਕ ਸਾਡੇ ਆਉਂ ਨਹੀਂ ਹੁੰਦਾਗਾ ਕਮਰੇ 'ਚ ਪੱਖਾ ਨਹੀਂ ਚੱਲਦਾ ਓਏ ਸਾਰਾ ਦਿਨ ਤਾਂ ਭਾਬੀ ਕੋਲੇ ਤੇਰੇ ਉਹ ਤਾਂ ਗਲਣੀ ਮਾਰੀ ਗਈਆਂ ਚੱਲ ਕੋਈ ਨਾ ਬਹਿ ਜਾ ਮੈਂ ਤੂੰ ਚੌੜ ਕਰ ਦਿੱਸ ਤੇਨ ਬਹਿ ਜਾ ਬਹਿ ਜਾਨੀ ਮੈਂ ਚੌੜ ਕਰਨ ਦਾ ਟਾਈਮ ਆ ਬਗ ਜਾ ਮੈਨੂੰ ਬਹਿ ਬਗ ਜਾ ਭਾਬੀ ਹੱਥ ਚੜਾ ਲੈ ਮੈਂ ਜਾਨੀ ਆ ਮੈਂ ਕਿਵੇਂ ਮੱਚਦਾ ਆਏ ਨਹੀਂ ਮੇਰੇ ਭਾਬੀ ਇਹ ਬਿਲ ਝੱਟ ਗੱਲਾਂ ਕਰਦਾ ਸਾਰੀ ਰਾਤ ਹੀ ਪੀਆ ਗੱਲਾਂ ਕਰਨੀ ਉਹ ਕੋਈ ਗੱਲ ਨਹੀਂ ਗੱਲਾਂ ਸਵੇਰੇ ਕਰਾਂਗੇ ਹੁਣ ਰਾਤ ਨੂੰ ਗੱਲਾਂ ਨਹੀਂ ਕਰੀਦੀਆਂ ਇਹਦੇ ਨਾਲੇ ਸੁਰਿੰਦਰ ਵਾੜਾ ਤੂੰ ਜਾਏਂਗੀ ਫੇਰ ਹੀ ਮਾਰ ਦਾਂਗਾ ਮੈਂ ਸ਼ੁਕਰ ਆ
ਮਜਲੇਬੇ ਰਹੀ ਓਏ ਕੀ ਹੋ ਗਿਆ ਓਏ ਹੁਣ ਬਾਬੀ ਤੂੰ ਕੀ ਕਰਨਾ ਹੀ ਹੈ ਓਹੋ ਮੈਂ ਤਾਂ ਚੱਪਲਾ ਰਹਿ ਗਿਆ ਸੀ ਮੈਂ ਤਾਂ ਕੀ ਕਰਨਾ ਸੀ ਚੱਪਲਾ ਲੈ ਆ ਜੀ ਨਾਲੇ ਇਕੱਠੇ ਕਰਕੇ ਆ ਜਾ ਆ ਲੈ ਵੇ ਮੈਂ ਇੰਨੇ ਸੱਚ ਮਾਨੇ ਕਿ ਤੈਨੂੰ ਮੇਰੇ ਤੇ ਘਰ ਕੇ ਮੈਂ ਕੀ ਕਹਿ ਤੈਨੂੰ ਓ ਕੁਛ ਨਹੀਂ ਕਿਹਾ ਬਾਅਦ ਚ ਡਾਕ ਬਣੇ ਹੁੰਦੇ ਹੋ ਬਿੰਦੇ ਝੱਟੇ ਮਾਰ ਕੋਈ ਝੜਕਾ ਆਦਾ ਕਦੇ ਕੋਈ ਝੜਕਾ ਆਦਾ ਮੈਂ ਸੱਚ ਮਾਰਨੀ ਚੱਪਲਾ ਚਾ ਕੋਈ ਹੋਰ ਠੀਕ ਹੈ ਡਿੰਪਲ ਠੀਕ ਹੈ ਦੁੱਧ ਲਿਆਂਦਾ ਸੀ ਹਾਂ ਲਿਆਂਦਾ ਮੱਝ ਚੋਂਦਿਆਂ ਦੀ ਚਾ ਠੀਕ ਹੈ ਚੰਗਾ ਜਾਨੀ ਇੱਥੇ ਮੱਝ ਦਾ ਬਾੜਾ ਓਏ ਹੋਰ ਕਿਸੇ ਨੇ ਆਉਣਾ ਦਾਦ ਤੋਂ ਆਉਣਾ ਮੱਟੀ ਨੂੰ ਕੀ ਹੋ ਗਿਆ हेलो हां सुखी वरिंदर बोलदा यार ओ तेरी भाभी रुसी बैठी है कहंदी गिफ्ट दे ਔਲਾ ਦੰਦ ਕੱਢੀ ਜਾਂਦਾ ਹਾਂ ਤੂੰ ਦੁਕਾਨ ਖੋਲ ਮੈਂ ਆ ਗਿਆ ਉਹ ਰਾਤ ਨੂੰ ਕੀ ਹੁੰਦਾ ਯਾਰ ਕੁਛ ਨਹੀਂ ਹੁੰਦਾ ਤੂੰ ਦੁਕਾਨ ਖੋਲ ਉਹ ਤੂੰ ਜਾਣਾ ਕਿੱਥੇ ਹੈ ਤੇਰੀ ਘਰ 'ਚ ਦੁਕਾਨ ਹੈਗੀ ਸਗੋਂ ਦੀ ਮੈਂ 10 ਕਿਲੋਮੀਟਰ ਆਉਣਾ ਇੱਥੇ ਤੈਨੂੰ ਬੱਬੂ ਖਾਂਦੇ ਮੈਂ ਆ ਗਿਆ ਯਾਰ ਤੂੰ ਦੁਕਾਨ ਖੋਲ ਮੈਨੂੰ ਨਹੀਂ ਪਤਾ ਕੋਈ ਨਹੀਂ ਡੱਬੀ ਡੁੱਬੀ ਬਾਅਦ 'ਚ ਬਣਾ ਦਿਓ ਜਵਾ ਕੇ ਜਿਹੜੀ ਸ਼ਾਮ ਤੁਹਾਨੂੰ ਮਾਨੀ ਦਿੱਤੀ ਹੈ ਨਾ ਵੀਰ ਬਣ ਕੇ ਮੈਨੂੰ ਹੁਣ ਹੀ ਦੇ ਹਾਂ ਆ ਗਿਆ ਚਲੋ ਐਂ ਕਰੋ ਫਿਰ ਰਹਿਣ ਤੁਸੀਂ ਸਵੇਰੇ ਲੈ ਆਇਓ ਨਾ ਨਾ ਹੁਣ ਤਾਂ ਮੈਂ ਜਾਊਂਗਾ ਤੇ ਤੂੰ ਬਹਿ ਕੇ ਖਾਜ ਦੇਖੀਆਂ ਅੱਧੀ ਖਾ ਸਾਜ ਕਾ ਠੀਕ ਹੈ ਮੈਂ 15 ਮਿੰਟ ਆ ਗਿਆ ਮੇਰੀ ਗੱਲ ਤਾਂ ਸੁਣੋ ਉਹ ਚੁੱਪ ਕਰ ਤੂੰ ਬਹਿ ਜਾ ਸਵੇਰੇ ਚੱਲ ਜਾ ਗੱਲ ਸੁਣੋ ਉਹ ਚੁੱਪ ਕਰ ਬਸ ਮੈਂ ਆ ਗਿਆ ਆ ਫੋਨ ਕਿਦਾ ਵੱਜੀ ਜਾਂਦਾ ਰਾਤ ਨੂੰ ਉਹ ਕਿੰਨੇ ਵਾਰੀ ਗਿਆ ਤੈਨੂੰ ਤੂੰ ਸਾਈਲੈਂਟ ਮਾਰਿਆਗਾ ਚੱਪਲੋ ਵਿਦਾ ਹੈਲੋ ਉਹ ਕਿਉਂ ਯਾਰ ਸਾਰਾ ਦਿਨ ਮਜ਼ਾਕ ਕਰਦੇ ਰਹੇ ਨੇ ਤੁਸੀਂ ਪਤੰਦਰ ਰਾਤ ਨੂੰ ਮੇਰੀ ਟਿਕਦੇ ਹੈਗੇ ਕੀ ਹੋ ਗਿਆ ਹੁਣ ਉਹ ਵਰਿੰਦਰ ਤੋਂ ਇਸ ਵੇਲੇ ਦੱਸ ਕੀ ਕਰਾਵਾਂ ਯਾਰ 12 ਵਜਣ ਵਾਲੇ ਨੇ ਪਤੰਦਰਾ ਉਹ ਸੁੱਤਾ ਪਿਆ ਕਿਉਂ ਤੂੰ ਐਵੇਂ ਝੇਡਾਂ ਕਰੀ ਜਾਂਦਾ ਬਾਈ ਬਣ ਕੇ ਕੀ ਹੋ ਗਿਆ ਹੈ ਅੱਛਾ ਮੈਂ ਦੇਖਦਾ ਕੋਈ ਨੀ ਆ ਗਿਆ ਮੈਂ ਕੀ ਹੋ ਗਿਆ ਉਹ ਵਰਿੰਦਰ ਉਹ ਕਹਿੰਦਾ ਉਹਦਾ ਵਰਿੰਦਰ ਦਾ ਐਕਸੀਡੈਂਟ ਹੋ ਗਿਆ ਮੂੰਹ ਹੀ ਮਜ਼ਾਕ ਕਰ ਦੋਗੇ ਵਰਿੰਦਰ ਤੂੰ ਅੰਦਰ ਇੱਕ ਮਿੰਟ ਦੇਖ ਮੈਂ ਭੱਜ ਕੇ ਦੇਖ ਰਹੀ ਹਾਂ ਆਏ ਕਿਉਂ ਤਾਂ ਅੰਦਰ ਪਿਆ ਇਹ ਬਾਹਰ ਤੱਕ ਖੁੱਲ੍ਹਿਆ ਨਿੰਬੜ ਨਿੰਬੜ ਵਰਿੰਦਰ ਕਿੱਥੇ ਆ ਕੀ ਹੋਇਆ ਦੀਦੀ ਉਹ ਤਾਂ ਗਿਫਟ ਲੈਣ ਗਏ ਸੀਗੇ ਹਾਏ ਮੈਂ ਮੱਚ ਡਾਗਣਾ ਕੀ ਹੋ ਗਿਆ ਕੁਛ ਨਹੀਂ ਕੀ ਹੋ ਗਿਆ ਤੁਸੀਂ ਆਪੜਾ ਤਾਂ ਆਪਣੀ ਪੈ ਜਾਣ ਦੋ ਇਹਨਾਂ ਨੂੰ ਨਹੀਂ ਪੈ ਤਾਂ ਜਾਣ ਦੋ ਵਰਿੰਦਰ ਦਾ ਐਕਸੀਡੈਂਟ ਹੋ ਗਿਆ ਨਾ ਫੋਨ ਆ ਸੀ ਹਾਏ ਮੈਂ ਮਰ ਜਾਂਦੀ ਆ ਉਹ ਐਕਸੀਡੈਂਟ ਨਹੀਂ ਉਹ ਵੀ ਮੈਨੂੰ ਤਾਂ ਗੁੱਸੇ ਹੋ ਕੇ ਵਗ ਗਿਆ ਪਰ ਕਾਨੂੰ ਬਾਈ ਗੁੱਸੇ ਨਹੀਂ ਹੋ ਗਿਆ ਜੀ ਦੁਕਾਨ ਤੇ ਗਿਆ ਨਾ ਉਹਦਾ ਮੈਨੂੰ ਫੋਨ ਆਇਆ ਸੀਗਾ ਉਹਦਾ ਕਿਤੇ ਨੰਬਰ ਉੱਤੇ ਡਾਇਲ ਸੀਗਾ ਉਹ ਕਿਸੇ ਨੇ ਫੋਨ ਕਰਾਇਆਗਾ ਮੇਰੇ ਘਰ ਸੁਣੋ ਹਾਂ ਜੀ ਆਪਾਂ ਚੱਲ ਕੇ ਦੇਖ ਲਈਏ ਨਹੀਂ ਨਹੀਂ ਅਸੀਂ ਜਾਂਦੇ ਆ ਤੁਸੀਂ ਇੱਥੇ ਬੈਠੋ ਮੇਰੇ ਘਰ ਸੁਣੋ ਤੂੰ ਨਾ ਮਾਨ ਨਾ ਦੱਸੀ ਕੋਈ ਵੀ ਗੱਲ ਸਾਰਾ ਕੁਝ ਸੰਭਾਲ ਕੇ ਰੱਖੀ ਅਸੀਂ ਜਾਂਦੇ ਆ ਜੇ ਭੱਜ ਕੇ ਬਾਹਰ ਆਇਆ ਭਈ ਆਇਆ ਮੈਂ ਮਰ ਚੀ ਕਿੱਥੇ ਰਹਿੰਦੇ ਹੋ ਕੀ ਪਤਾ ਤੁਹਾਨੂੰ ਤਾਂ ਜਾਣ ਦਿੱਤਾ ਅੱਧੀ ਰਾਤ ਮੈਂ ਤੇ ਹਾਂ ਸੁਣਾ ਕੀਤਾ ਸੀਗਾ ਬਠਾ ਲਾ ਮੈਂ ਕਾ ਕਰੀ ਜਾਂਦਾ ਤੁਸੀਂ ਮੈਨੂੰ ਤਾਂ ਅੱਖ ਲੱਗਣ ਲੱਗੀ ਮੇਰੀ ਮੈਂ ਆਖਾਂ ਮੈਂ ਜਾਵਾਂ ਕਿ ਮੈਂ ਨਾ ਬੈ ਜਾ ਕਾ ਹੋ ਜਾਂਦਾ ਬੈ ਬੈ ਜਾ ਮੈਂ ਨਹੀਂ ਬਈ ਬਠਾ ਲਾ ਬੈ ਜਾ ਨਹੀਂ ਮਾ ਕੁਛ ਨਹੀਂ ਹੋਇਆ ਮੇਰੀ ਗੱਲ ਸੁਣ ਹੋ ਗਿਆ ਹੋਇਆ ਤਾਂ ਕੁਛ ਨਹੀਂ ਮਾ ਮੇਰੀ ਗੱਲ ਸੁਣ ਲਾ ਹੋ ਗਿਆ ਕੀ ਹੋ ਗਿਆ ਮੇਰੇ ਦਾ ਐਕਸੀਡੈਂਟ ਹੋ ਗਿਆ
जो होया जी बहुत माड़ा होया, अपने बच्चों दी खुशियां परमात्मा तो नहीं चलिया गईयां, किसी के सारे नहीं, पर मैं हुण आपदी बच्ची नूं ले जाना चाहुंदा जी। माड़ा कहा जी, बड़ा कहा, रब ने जमा कहर कमाया, उही गल मैं तां हुण तैनूं कुछ नहीं कह सकदी, बच्ची नूं ले जाना ही पऊगा। चल मां चुप कर, कोई मैनूं ऐ पता हुंदा मेरे पुत नूं ऐ ब्याहुंदी नहीं सी, मेरे हत्थों खुंझ जूगा। चल मां तू चुप कर, रो ना मासड़ जी, जिवें थोनू चंगा लगता है। देखो असं इस चीज़ के कुछ नहीं कह सकते, साढ़े कोले हुण रहा भी नहीं कुछ कहन। कोई पुत मन ना दुखी करो, परमात्मा दी लिखियां मुरे जोर नहीं चलता किसी का, पुत जो लिखता पुत वो पत्थर से लिखी ही लिखता। सही गल है जी थोड़ी। गगन भाभी हाँ, डिंपल भी लेके आयो रहा आने। अमन मास्टर जी ये गल कहते ने भी असी डिंपल नू लेके जाना है। क्यों मास्टर जी, इत्थे की होंदा, डिंपल नू रहन दो। पुत सोनू नहीं पता पहाड़ जी दी जिंदगी है, ये जवागड़ी किवें कटूगी। सोनू नहीं पता ना, गल्लां दे दुख बहुत होंदे। ओ तो ठीक है मास्टर जी, थोड़ी गल बस करो बापू जी, हुण मैं घर छड्ड के कदे नहीं जाना। उस घर चो मेरी डोली आई सी बापू जी, और इस घर चो मेरी अर्थी जाएगी। पुत तेरी उम्र न्याणे तेनू पता नहीं, अंदर बैठे गए चूहे खाणगे, बाहर जाणगे लोग उंगला लेणगे। ਬਾਪੂ ਜੀ ਮੇਰਾ ਪੁੱਤ ਨੋਹਾ ਰੱਖਣੀਆਂ ਬਹੁਤ ਔਖੀਆਂ ਆਉਂਦੀਆਂ ਘਰੇ। ਮੇਰੀ ਬਹੁਤ ਯਾਦਾਂ ਨੇ ਬਾਪੂ ਜੀ ਇਸ ਘਰ ਨਾਲ, ਮੈਂ ਇਹ ਘਰ ਨੂੰ ਛੱਡ ਕੇ ਕਦੀ ਨਹੀਂ ਜਾਣਾ ਚਾਹੁੰਦੀ। ਪੁੱਤ ਜਿਵੇਂ ਤੇਰਾ ਬਾਪੂ ਜੀ ਕਹਿੰਦਾ ਮੰਨ ਲਾ ਤੂੰ। ਬੇਬੇ ਮੈਨੂੰ ਨਾ ਕੱਢ ਆਪਣੇ ਘਰੋਂ, ਮੈਂ ਤੇਰੀ ਨੌਕਰਾਣੀ ਬਣ ਕੇ ਰਹਿ ਲਾਂਗੀ। ਪੁੱਤ ਮੈਂ ਤੈਨੂੰ ਰੱਖ ਲੈਂਦੀ, ਜੇ ਮੇਰਾ ਛੋਟਾ ਮੋਟਾ ਹੋਰ ਹੁੰਦਾ ਮੈਂ ਪੱਗ ਲੈ ਲੈਂਦੀ। ਨਹੀਂ ਬੇਬੇ ਜੀ, ਮੈਂ ਵਰਿੰਦਰ ਦੀ ਵਿਧਵਾ ਬਣ ਕੇ ਰਹਿ ਲੂੰਗੀ, ਪਰ ਮੈਂ ਇਹ ਘਰ ਛੱਡ ਕੇ ਨਹੀਂ ਕਦੀ ਵੀ ਜਾਣਾ। ਚੱਲ ਚੁੱਪ ਕਰ ਜਾ ਭੈਣੇ, ਚੁੱਪ ਹੋ ਜਾ। ਮਾਂ ਮੇਰੀ ਗੱਲ ਸੁਣ, ਜੇ ਡਿੰਪਲ ਕਹਿੰਦੀ ਹੈ ਤਾਂ ਤੂੰ ਕਿਉਂ ਇਹਨੂੰ ਕਹੀ ਜਾਂਦੀ ਹੈ ਵੀ ਤੂੰ ਜਾ, ਇਹਨੂੰ ਰਹਿ ਲੈਣ ਦੇ, ਸਾਡੀ ਇਹ ਭੈਣਾਂ ਵਰਗੀ ਹੈ, ਕਿਉਂ ਤੂੰ ਘਰੋਂ ਕੱਢੀ ਜਾਂਦੀ ਹੈ ਮਾਸਟਰ ਜੀ। ਪੁੱਤ ਸੋਨੂੰ ਇਹ ਗੱਲਾਂ ਦਾ ਨਹੀਂ ਪਤਾ, ਪਹਾੜ ਜਿਹੜੀ ਜ਼ਿੰਦਗੀ ਕੱਢਣੀ ਬਹੁਤ ਔਖੀ ਹੈ। ਉਹ ਤੇਰੀ ਗੱਲ ਨਾਲ ਸਾਰੀ ਨਾਲ ਸਹਿਮਤ ਹਾਂ। ਮਾਂ ਮੇਰੀ ਗੱਲ ਸੁਣ, ਇਹ ਚਾਹੇ ਆਪਦੇ ਪਿਓ ਦੇ ਘਰੇ ਹੋਵੇ, ਚਾਹੇ ਆਪਣੇ ਘਰੇ ਹੋਵੇ, ਗੱਲ ਤਾਂ ਇੱਕੋ ਹੀ ਹੈ, ਨਾਲੇ ਜਦੋਂ ਇਹਦਾ ਦਿਲ ਕਰਿਆ ਕਰੂਗਾ ਇਹ ਜਾ ਕੇ ਮਿਲਿਆ ਕਰੂਗੀ। ਸਹੀ ਕਹਿੰਦੇ ਆ ਮੰਮੀ, ਤੁਸੀਂ ਜਿੱਦ ਨਾ ਕਰੋ, ਰਹਿ ਲੈਣ ਦੇ ਵਿਚਾਰੀ ਨੂੰ, ਫਿਰ ਕੀ ਆ, ਹੌਲੀ ਹੌਲੀ ਇਹਨੂੰ ਸਮਝ ਆ ਜੂ, ਹਜੇ ਇਹਦੇ 37 ਹੈ ਮਾਸੜ ਜੀ, ਜਦੋਂ ਇਹਦਾ ਦਿਲ ਕਰੂ ਇਹ ਭਾਗ ਜੂ, ਸਾਨੂੰ ਕਿਹੜਾ ਬਗਾਨੀ ਹੈ, ਸਾਡੀਆਂ ਛੋਟੀਆਂ ਭੈਣਾਂ ਮਰ ਗਈਆਂ, ਕੋਈ ਨਹੀਂ ਰਹਿ ਲੈਣ ਦੋ ਵਿਚਾਰੀ ਨੂੰ। ਸਹੀ ਗੱਲ ਹੈ, ਇਹਦਾ ਦਿਲ ਨਾ ਤੁਸੀਂ ਦੁਖੀ ਕਰੋ, ਇਹ ਤਾਂ ਰੱਬ ਨੇ ਪਹਿਲਾਂ ਹੀ ਐਡੀ ਵੱਡੀ ਸੱਟ ਮਾਰਤੀ। ਸਹੀ ਕਹਿੰਦੇ ਆ ਮਾਂ ਸਾਰੇ ਜਾਣੇ। ਜਿੱਦ ਨਾ ਕਰੋ ਮਾਂ, ਮਾਸੜ ਜੀ ਕੁਛ ਨਹੀਂ ਹੁੰਦਾ, ਇਹਨੂੰ ਛੱਡ ਜਾਓ ਵਿਚਾਰੀ ਨੂੰ, ਅਸੀਂ ਕਦੇ ਵੀ ਤੁਹਾਨੂੰ ਕਿਸੇ ਚੀਜ਼ ਦਾ ਲਾਂਭਾ ਦੇਵਾਂਗਾ, ਤੇ ਛੋਟੀਆਂ ਭੈਣਾਂ ਵਾਂਗੂ ਰੱਖਾਂਗੇ, ਇਹਦਾ ਕੀ ਕਸੂਰ ਆ, ਪਤਾ ਨਹੀਂ ਰੱਬ ਨੇ ਕਿਉਂ ਨਹੀਂ ਇਹਨਾਂ ਦੀਆਂ ਖੁਸ਼ੀਆਂ ਦੇਖੀਆਂ। ਤੁਸੀਂ ਜਾਓ ਬਾਪੂ ਜੀ, ਹੁਣ ਮੈਂ ਇਹ ਘਰ 'ਚੋਂ ਕਦੀ ਨਹੀਂ ਜਾਣਾ। ਚੰਗਾ ਪੁੱਤ, ਹੁਣ ਜਿਵੇਂ ਤੇਰੀ ਮਰਜ਼ੀ ਹੈ, ਪਰਮਾਤਮਾ ਨੇ ਤੈਨੂੰ ਦੁੱਖ ਦਿੱਤਾ, ਮੈਂ ਨਹੀਂ ਦੁੱਖ ਦੇਣਾ ਚਾਹੁੰਦਾ ਤੈਨੂੰ, ਨਾ ਮੈਥੋਂ ਤੇਰਾ ਦੁੱਖ ਦੇਖਿਆ, ਤੇਰਾ ਚਿੱਤ ਮੰਨਦਾ, ਤੇਰੀਆਂ ਭੈਣਾਂ ਰੱਖ ਕੇ ਰਾਜੀ ਨੇ ਤੈਨੂੰ, ਵਿੱਚ ਰੱਖ ਕੇ ਰਾਜੀ ਆ ਮੈਂ ਨਹੀਂ ਕਹਿਣਾ। ਬਾਪੂ ਜੀ ਨਾ ਪੁੱਤ, ਹੁਣ ਜੇ ਤੂੰ ਰਹਿ ਕੇ ਰਾਜੇ ਨਾ,
ਹੁਣ ਰੋ ਨਾ ਮੇਰਾ ਪੁੱਤ ਬਸ ਸਹੀ ਗੱਲ ਆ ਫਿਰ ਤੇਰਾ ਬਾਪੂ ਜਾਊਗਾ ਕਿ ਮੈਂ ਨਾ ਕਰ ਉਹ ਰੁਣ ਵਿਚਾਰੇ ਨੂੰ ਨਾ ਤੰਗ ਕਰ ਕੋਈ ਨੀ ਮਾਸਟਰ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਆਪਦੀਆਂ ਭੈਣਾਂ ਵਾਂਗੂ ਰੱਖਾਂਗੇ ਬਸ ਅਸੀਂ ਚੁੱਪ ਗੱਲ ਸਾਰੀ ਕੋਈ ਰੋ ਨਾ ਹੁਣ ਜੇ ਤੁਸੀਂ ਰੱਖ ਕੇ ਰਾਜ ਨਾ ਇਸ ਤੋਂ ਬਾਅਦ ਮੈਨੂੰ ਰੋ ਕੇ ਨਾ ਕੋਈ ਦਿਖਾਓ ਚਲੋ ਆਪਦਾ ਮਨ ਸਹੀ ਕਰੋ ਆਮ ਮਾਸਟਰ ਜੀ ਰਹੋ ਕੋਈ ਨੀ ਅਜੇ ਰੋਟੀ ਰੁਟੀ ਖਾ ਕੇ ਵਗ ਜਾਓ ਚੰਗਾ ਪੁੱਤ ਠੀਕ ਹੈ ਬਾਪੂ ਬੇਸ਼ੱਕ ਨਹੀਂ ਦਿਸਦਾ ਪਰ ਇਹਦਾ ਵਿਚਾਰੀ ਦਾ ਕੀ ਕਸੂਰ ਹੈ ਤੂੰ ਐਂ ਕਿਉਂ ਕਰਦੀ ਐ ਇਹਦੇ ਨਾਲ ਬਗਾਨੀ ਧੀ ਨਾਲ ਇਹ ਵੀ ਸਾਡੀ ਭੈਣ ਆ ਗਈ ਐ ਹੁਣ ਫਿਰ ਇਹ ਕੀ ਦੀ ਲਾਸ਼ ਡੀਕਦੀ ਐ ਵਗ ਜਾ ਮੈਂ ਇੱਥੋਂ ਪਰੇ ਕਿਉਂ ਮਾਂ ਮਾਂ ਤੇਰੇ ਮੂਹਰੇ ਹੱਥ ਬੰਨਦਾ ਤੂੰ ਚੁੱਪ ਕਰ ਇਹਨੇ ਆਪਣੀ ਇੱਜ਼ਤ ਰੱਖੀ ਐ ਘਰ ਦੀ ਅਮਨ ਤੁਸੀਂ ਜਾ ਕੇ ਅੰਦਰ ਲੈ ਜਾਓ ਕੋਈ ਨਹੀਂ ਮੈਂ ਤਾਂ ਲੈ ਜਾਂਦੀ ਆ ਅੰਦਰ ਜਾ ਕੇ ਅਗਨ ਲੈ ਜਾ ਕਿਉਂ ਮਾਂ ਐ ਕਰਦੀਆਂ ਉਹਦਾ ਵੀ ਵਿਚਾਰੀ ਦਾ ਦਿਲ ਦੇਖ ਵਗ ਜਾਂਦੀ ਉਹ ਵੀ ਕੀ ਪਤਾ ਕਿੰਨਾ ਕੁ ਮੋਹ ਸੀ ਵਰਿੰਦਰ ਨਾਲ ਤਿੰਨ ਦਿਨ ਵਿਚਾਰੀ ਨੂੰ ਆਈ ਨੂੰ ਹੋਏ ਸੀਗੇ ਉਹਦਾ ਨੀ ਕਸੂਰ ਮਾਂ ਐ ਨਾ ਕਰ ਤੂੰ ਮੇਰਾ ਕਾਂ ਜੱਗ ਜੀ ਨੇ ਪਾੜ ਕੇ ਨਹੀਂ ਦੇਖਿਆ ਅੰਦਰੋਂ ਮੈਨੂੰ ਨਹੀਂ ਚੰਗੀ ਲੱਗਦੀ ਹੈ ਮਾਂ ਤੇਰੀ ਗੱਲ ਮੰਨਦੇ ਆਗੇ ਉਹਨੂੰ ਵੀ ਦੇਖ ਵਿਚਾਰੀ ਨੂੰ ਉਹਦਾ ਵੀ ਦਿਲ ਪੁੱਛੀਦਾ ਚੁੱਪ ਕਰ ਜਾ ਮਾਂ ਮੈਂ ਤੇਰਾ ਦੁੱਖ ਸਮਝਦੀ ਆ ਗੱਲ ਸਹੀ ਆ ਉਹਦਾ ਤਾਂ ਸਾਰਾ ਸੰਸਾਰ ਹੀ ਉਜੜ ਗਿਆ ਮਾਂ ਤੂੰ ਐਂ ਕਿਉਂ ਕਰਦੀ ਆ ਉਹਦੇ ਨਾਲ ਚੁੱਪ ਹੋ ਜਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਵੀਡੀਓ ਕਿਹੋ ਜੀ ਲੱਗੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ